ਸਾਡੇ ਵਾਅਦੇ ਪੂਰੇ ਨਹੀਂ ਕੀਤੇ ਇਸ ਵਾਰ ਉਲਟ ਵੋਟ ਪਾਏ, ਸਾਡੇ ਵਾਅਦੇ ਪੂਰੇ ਨਹੀਂ ਕੀਤੇ ਇਸ ਵਾਰ ਉਲਟ ਵੋਟ ਪਾਏ। ਇਹ ਮੇਰਾ ਵਾਅਦਾ ਹੈ। ਪ੍ਰਗਟ ਸਾਹਿਬ ਬਹੁਤ ਅਫਸੋਸ ਵਾਲੀ ਗੱਲ ਹੈ ਬੇਟਾ, ਇਹ ਸਰ ਕੋਈ ਗੱਲ ਹੀ ਨਹੀਂ। ਆਪਣੇ ਬਿਆਨਾਂ ਕਾਰਨ ਚਰਚਾ 'ਚ ਰਹਿਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇੱਕ ਵਾਰ ਫਿਰ ਅਜਿਹਾ ਬਿਆਨ ਦਿੱਤਾ ਹੈ ਜਿਸਨੇ ਕਿਸੇ ਹੋਰ ਦੀ ਨਹੀਂ ਸਗੋਂ ਆਪਣੇ ਹੀ ਸਾਥੀ ਦੀ ਬੋਲਤੀ ਬੰਦ ਕਰ ਦਿੱਤੀ ਹੈ। ਦਰਅਸਲ ਆਸ਼ੂ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਬਿੱਟੂ ਲਈ ਚੋਣ ਪ੍ਰਚਾਰ ਕਰ ਰਹੇ ਸਨ ਜਿੱਥੇ ਕਿਸੇ ਵਿਅਕਤੀ ਨੇ ਕਾਂਗਰਸ ਵੱਲੋਂ ਵਾਅਦੇ ਪੂਰੇ ਨਾ ਕੀਤੇ ਜਾਣ ਦੀ ਗੱਲ ਆਖ ਦਿੱਤੀ, ਜਿਸ ਦੇ ਬਾਅਦ ਮੰਤਰੀ ਸਾਹਿਬ ਨੂੰ ਇੰਨਾ ਗੁੱਸਾ ਆਇਆ ਕਿ ਉਹ ਇਹ ਭੁੱਲ ਗਏ ਕਿ ਉਹ ਆਪਣੇ ਹੀ ਉਮੀਦਵਾਰ ਦੇ ਲਈ ਵੋਟਾਂ ਮੰਗਣ ਆਏ ਨੇ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਬਿੱਟੂ ਦੇ ਉਲਟ ਵੋਟ ਪਾ ਸਕਦੇ ਨੇ। ਬਸ ਇੰਨੀ ਗੱਲ ਸੁਣਦੇ ਹੀ ਰਵਨੀਤ ਬਿੱਟੂ ਦੇ ਚਿਹਰੇ ਦੇ ਤਾਂ ਰੰਗ ਹੀ ਬਦਲ ਗਏ। ਇੱਕ ਵਾਰੀ ਫਿਰ ਸੁਣੋ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਇਹ ਬਿਆਨ। ਸਾਡੇ ਵਾਅਦੇ ਪੂਰੇ ਨਹੀਂ ਕੀਤੇ, ਇਸ ਵਾਰ ਉਲਟ ਵੋਟ ਪਾਏ। ਇਹ ਮੇਰਾ ਵਾਅਦਾ ਹੈ। ਪ੍ਰਗਟ ਸਾਹਿਬ ਬਹੁਤ ਅਫਸੋਸ ਵਾਲੀ ਗੱਲ ਹੈ ਬੇਟਾ। ਸਰ ਕੋਈ ਗੱਲ ਹੀ ਨਹੀਂ। ਜਦੋਂ ਕਾਲਾ ਜੀ ਆਪ ਹੋਣ ਤੇ ਗੱਲ ਸਾਡੇ ਤੇ ਪਾ ਗਏ। ਇਹਦਾ ਮਤਲਬ ਜਿਵੇਂ ਅੱਜ ਸਾਨੂੰ ਸੁਣਨੀ ਪਈ, ਇਹਦਾ ਮਤਲਬ ਰੋਜ਼ ਕਾਲਾ ਜੀ ਨੂੰ ਸੁਣਨੀ ਪੈ ਰਹੀ ਹੈ। ਪਰ ਆਸ਼ੂ ਜੀ ਨੇ ਜਿਵੇਂ ਕਿਹਾ ਵੀ ਇਹ ਗੱਲ ਕੋਈ ਜ਼ਿਆਦਾ ਵੱਡੀ ਨਹੀਂ ਗੀ। ਦੱਸਦੇ ਕਿ ਲੋਕ ਸਭਾ ਚੋਣਾਂ ਦੇ ਚੱਲਦੇ ਭਾਰਤ ਭੂਸ਼ਣ ਆਸ਼ੂ ਦੇ ਭਰਾ ਨਰਿੰਦਰ ਸ਼ਰਮਾ ਦੇ ਵੱਲੋਂ ਆਮ ਲੋਕਾਂ ਦੇ ਨਾਲ ਮੁਲਾਕਾਤ ਰੱਖੀ ਗਈ ਸੀ, ਜਿਸ ਦੇ ਵਿੱਚ ਰਵਨੀਤ ਬਿੱਟੂ ਤੇ ਭਾਰਤ ਭੂਸ਼ਣ ਆਸ਼ੂ ਜਨਤਾ ਨੂੰ ਸੰਬੋਧਨ ਕਰ ਰਹੇ ਸਨ। ਤੇ ਇਸੇ ਭਾਸ਼ਣ ਦੇ ਦੌਰਾਨ ਹੀ ਭਾਰਤ ਭੂਸ਼ਣ ਆਸ਼ੂ ਨੇ ਜਦੋਂ ਇਹ ਬਿਆਨ ਦੇ ਦਿੱਤਾ ਤਾਂ ਰਵਨੀਤ ਬਿੱਟੂ ਵੀ ਬੌਂਦਲ ਗਏ ਤੇ ਉਹਨਾਂ ਨੂੰ ਸਮਝ ਨਹੀਂ ਆਇਆ ਕਿ ਹੁਣ ਲੋਕਾਂ ਨੂੰ ਕੀ ਕਹਿਣ। ਲੁਧਿਆਣਾ ਤੋਂ ਵਿਵੇਕ ਢਾਲ ਦੀ ਰਿਪੋਰਟ।